ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਖਬਰ ਟੋਰਾਂਟੋ ਸਟੂਡੀਓ ਤੋਂ ਖਬਰ ਸਾਂਝੀ ਕਰਨ ਲੱਗਿਆਂ ਬ੍ਰੈਂਪਟਨ ਦੇ ਨਾਲ ਸੰਬੰਧਿਤ ਬ੍ਰੈਂਪਟਨ ਦੇ ਵਿੱਚ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਬੀਤੇ ਦਿਨੀ ਕੁਝ ਦਿਨਾਂ ਤੋਂ ਇੱਕ ਵੀਡੀਓ ਜੋ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਇਸ ਦੇ ਵਿੱਚ ਬ੍ਰੈਂਪਟਨ ਦੇ ਕਾਲਜ ਪਲਾਜ਼ਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਇੱਕ ਪੁਲਿਸ ਅਫਸਰ ਦੇ ਕੋਲੋਂ ਆਪਣੀ ਜੀਪ ਭਜਾ ਕੇ ਲੈ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਨੌਜਵਾਨ ਦੇ ਵਿਰੁੱਧ ਸਰਚ ਵਾਰੰਟ ਜਾਰੀ ਹੋ ਚੁੱਕੇ ਨੇ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਇਸ ਨੌਜਵਾਨ ਦੀ ਪਛਾਣ ਬ੍ਰੈਂਪਟਨ ਵਾਸੀ 26 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਕਿ ਕੀ ਪੂਰਾ ਮਾਮਲਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਆਂ ਕਿ ਹੁਣ ਇਸ ਤੇ ਕੀ ਅੰਜਾਮ ਇਸ ਨੌਜਵਾਨ ਨੂੰ ਭੁਗਤਨੇ ਪੈਣਗੇ ਹਾਲਾਂਕਿ ਕਈ ਵਾਰੀ ਨੌਜਵਾਨ ਅਜਿਹੀਆਂ ਗਲਤੀਆਂ ਕਰਤਾ ਬੈਠਦੇ ਨੇ ਪਰ ਇਹ ਗਲਤੀਆਂ ਉਹਨਾਂ ਦੇ ਭਵਿੱਖ ਦੇ ਉੱਤੇ ਬਹੁਤ ਭਾਰੀ ਪੈਂਦੀਆਂ ਨੇ ਇਹ ਘਟਨਾ 21 ਅਕਤੂਬਰ ਨੂੰ ਰਾਤ ਤਕਰੀਬਨ 10:30 ਵਜੇ ਦੀ ਹੈ ਪੁਲਿਸ ਨੂੰ ਕਾਲ ਆਉਂਦੀ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਬ੍ਰੈਂਪਟਨ ਦੇ ਕਾਲਜ ਪਲਾਜ਼ਾ ਪਾਰਕਿੰਗ ਲਾਟ ਵਿੱਚ ਬਹੁਤ ਹੀ ਖਤਰਨਾਕ ਤਰੀਕੇ ਨਾਲ ਗੱਡੀ ਚਲਾਈ ਜਾ ਰਹੀ ਹੈ ਅਜਿਹੀਆਂ ਜਦੋਂ ਕੁਝ ਕਾਲਾਂ ਪੁਲਿਸ ਨੂੰ ਮਿਲਦੀਆਂ ਨੇ ਤਾਂ ਪੁਲਿਸ ਅਫਸਰ ਕਾਲਜ ਪਲਾਜ਼ਾ ਜਾਂਦੇ ਨੇ ਤੇ ਉੱਥੇ ਕਾਲੇ ਰੰਗ ਦੀ ਰੈਂਗਲਰ ਜੀਪ ਤੇ ਡਰਾਈਵਰ ਨੂੰ ਖੜਾ ਕੇ ਉਸ ਕੋਲੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰਦੇ ਨੇ ਪੁਲਿਸ ਅਫਸਰ ਦੇ ਵੱਲੋਂ ਡਰਾਈਵਰ ਦੀ ਬਾਂਹ ਫੜੀ ਹੁੰਦੀ ਹੈ ਪਰ ਜੀਪ ਦਾ ਡਰਾਈਵਰ ਪੁਲਿਸ ਨੂੰ ਟਿੱਚ ਸਮਝਦੇ ਹੋਏ ਉੱਥੋਂ ਪੂਰੀ ਸਪੀਡ ਵਿੱਚ ਪਲਾਜ਼ੇ 'ਚੋਂ ਜੀਪ ਭਜਾ ਕੇ ਲੈ ਜਾਂਦਾ ਹੈ ਉਹ ਬਹੁਤ ਹੀ ਗਲਤ ਤਰੀਕੇ ਨਾਲ ਤੇ ਤੇਜ਼ ਜੀਪ ਭਜਾਉਂਦਾ ਹੈ ਜੋ ਕਿ ਦੂਜੇ ਲੋਕਾਂ ਤੇ ਪੈਦਲ ਤੁਰਨ ਵਾਲਿਆਂ ਲਈ ਕਾਫੀ ਖਤਰਨਾਕ ਹੋ ਸਕਦਾ ਸੀ ਜਿਵੇਂ ਹੀ ਉਹ ਜੀਪ ਭਜਾਉਂਦਾ ਹੈ ਤਾਂ ਆਲੇ ਦੁਆਲੇ ਖੜ੍ਹੇ ਹੋਰ ਨੌਜਵਾਨ ਹੋਟਿੰਗ ਕਰਨ ਲੱਗਦੇ ਨੇ ਜੋ ਕਿ ਪੰਜਾਬੀ ਨੌਜਵਾਨ ਸਨ ਕਿ ਜਿਵੇਂ ਜੀਪ ਦਾ ਡਰਾਈਵਰ ਪੁਲਿਸ ਨੂੰ ਚਕਮਾ ਦੇ ਕੇ ਉੱਥੋਂ ਭਜਾ ਕੇ ਲੈ ਗਿਆ ਅਤੇ ਪੁਲਿਸ ਦੇਖਦੀ ਰਹਿ ਗਈ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਪਰ ਪੁਲਿਸ ਨੇ ਜੀਪ ਦੇ ਡਰਾਈਵਰ ਦੇ ਵਿਰੁੱਧ ਯਾਨੀ ਕਿ ਗੁਰਪ੍ਰੀਤ ਸਿੰਘ ਦੇ ਵਿਰੁੱਧ ਲਾਪਰਵਾਹੀ ਅਤੇ ਖਤਰਨਾਕ ਤਰੀਕੇ ਨਾਲ ਜੀਪ ਚਲਾਉਣ ਦੇ ਦੋਸ਼ ਆਇਦ ਕੀਤੇ ਨੇ ਉਸ ਦੀ ਭਾਲ ਵਿੱਚ ਤਲਾਸ਼ੀ ਵਾਰੰਟ ਜਾਰੀ ਕੀਤਾ ਗਿਆ ਹੈ ਗੁਰਪ੍ਰੀਤ ਦੇ ਵਿਰੁੱਧ ਕੁੱਲ 3 ਦੋਸ਼ ਆਇਦ ਕੀਤੇ ਗਏ ਨੇ ਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਨੂੰ ਵੀ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਹੋਏ ਤਾਂ ਪੁਲਿਸ ਦੇ ਨਾਲ ਸਾਂਝੀ ਕੀਤੀ ਜਾਵੇ ਆਮ ਤੌਰ ਤੇ ਅਸੀਂ ਇਸ ਉਮਰ ਦੇ ਵਿੱਚ ਅਜਿਹੀਆਂ ਗਲਤੀਆਂ ਤਾਂ ਕਰ ਬੈਠਦੇ ਹਾਂ ਪਰ ਇਹ ਨਹੀਂ ਪਤਾ ਲੱਗਦਾ ਕਿ ਇਹ ਗਲਤੀਆਂ ਜੋ ਇਹ ਸ਼ੇਖੀ ਜਾਂ ਇਹ ਸ਼ੋਸ਼ੇਬਾਜ਼ੀ ਕੀਤੀ ਗਈ ਹੈ ਇਸ ਦਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕਿੰਨਾ ਮਾੜਾ ਪ੍ਰਭਾਵ ਪੈ ਸਕਦਾ ਹੈ 2 ਮਿੰਟ ਦੀ ਵਾਹਵਾਹੀ ਅਤੇ ਪੂਰੀ ਉਮਰ ਦਾ ਰੋਣਾ ਪੱਲੇ ਪੈ ਸਕਦਾ ਹੈ ਬਿਊਰੋ ਰਿਪੋਰਟ ਹਮਦਰਦ ਨਿਊਜ਼ ਓਕੇ ਆਈ ਓਕੇ ਆਈ ਵਾਈ ਚੁਲਾ ਕੇ